ਲਓ ਜੀ, ਅੱਜ ਅਸੀਂ ਆਏ ਹਾਂ ਰਿਸ਼ਪਾਲ ਅੰਕਲ ਜੀ ਕੋਲ। ਹੁਣ ਅੰਕਲ ਹੁਣੀ ਆਪਣੇ ਬਾਰੇ ਆਪ ਦੱਸਣਗੇ। ਹਾਂਜੀ ਅੰਕਲ ਜੀ, ਇੱਥੇ ਕੋਈ ਵੀ ਪੇਸ਼ੈਂਟ ਆਉਂਦਾ ਸਾਡੇ, ਕੋਈ ਡਿਸਕ ਦਾ, ਸਰਵਾਈਕਲ ਦਾ, ਕਿਸੇ ਦੇ ਗੋਡੇ, ਕਿਸੇ ਦੇ ਮੋਢੇ, ਕਿਸੇ ਦੀ ਬਾਂਹ ਚੁੱਕਣੀ ਹੁੰਦੀ, ਬਾਂਹ ਅੜ ਜਾਂਦੀ ਹੈ, ਹਾਂਜੀ ਹਾਂਜੀ, ਉਹ ਉਠਾਈ ਦੀ ਅਸੀਂ, ਠੀਕ ਹੈ ਜੀ, ਪੁਆਇੰਟਾਂ ਦੇ ਹਿਸਾਬ ਨਾਲ। ਬਾਕੀ ਕੋਈ ਦਵਾਈ ਨਹੀਂ, ਕੋਈ ਮਾਲਿਸ਼ ਨਹੀਂ, ਕੋਈ ਤੇਲ ਨਹੀਂ। ਅੱਛਾ ਜੀ, ਪੁਆਇੰਟਾਂ ਦੇ ਹਿਸਾਬ ਨਾਲ ਬਿਲਕੁਲ ਸਹੀ ਕਰ ਦਿੰਦਾ। ਸਵੇਰ ਨੂੰ 7 ਵਜੇ ਤੋਂ ਲੈ ਕੇ 11 ਵਜੇ ਤੱਕ, ਸ਼ਾਮ ਨੂੰ 4 ਤੋਂ 8 ਵਜੇ ਤੱਕ। ਅੱਛਾ ਜੀ, ਸੰਡੇ ਫੁੱਲ ਡੇ ਆ। ਠੀਕ ਹੈ ਜੀ, ਅਤੇ ਕਾਹਦਾ ਕਾਹਦਾ ਤੁਸੀਂ ਕਰਦੇ ਆ ਜੀ? ਮੈਂ ਗੋਡੇ ਮੋਢੇ, ਕੋਈ ਵੀ ਬੋਝ ਆਈ ਹੋਵੇ ਪੈਰ ਨੂੰ, ਲੱਕ ਦੀ ਪ੍ਰੋਬਲਮ ਹੋਵੇ, ਕੋਈ ਡਿਸਕੇਜਲੀ ਹੋਵੇ, ਮੁੜਕੇ ਗੈਪ ਪਿਆ ਹੋਵੇ, ਸਰਵਾਈਕਲ ਹੋਵੇ, ਜਿੰਨੀ ਮਰਜ਼ੀ ਪੁਰਾਣੀ ਹੋਵੇ, ਬਿਲਕੁਲ ਡਿਸਕ ਹੋਵੇ, ਡਿਸਕ ਦਾ ਵੀ। ਠੀਕ ਹੈ ਜੀ, ਬਸ।